ਕਿਸਾਨਾਂ ਵੱਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਕੱਲ੍ਹ ਤੋਂ ਹੀ ਦਿੱਲੀ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਪਰ ਖੱਟਰ ਸਰਕਾਰ ਨੇ ਆਪਣੇ ਬਾਰਡਰਾਂ ਨੂੰ ਸੀਲ ਕਰਕੇ ਕਿਸਾਨਾਂ ਨੂੰ ਰੋਕਣ ਦੇ ਯਤਨ ਕੀਤੇ ਸਨ, ਪਰ ਕਿਸਾਨ ਉਹਨਾਂ ਬਾਰਡਰਾਂ ਨੂੰ ਪਾਰ ਕਰਦਿਆਂ ਹੋਇਆਂ ਅਗਾਂਹ ਵਧ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਵਿਧਾਇਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਘਰ ਦੇ ਬਾਹਰ ਪਹੁੰਚ ਗਏ, ਜਿੱਥੇ ਉਹਨਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਦਿੱਲੀ ਪੁਲਿਸ ਦੇ ਵਿਚਕਾਰ ਝੜਪੀ ਹੋਈ ਹੈ। ਦੇਖੋ ਉਸ ਸਮੇਂ ਦੀਆਂ ਕੁਝ ਤਸਵੀਰਾਂ। ਕਾਲੇ ਕਾਨੂੰਨ ਵਾਪਸ।
ਨਰਿੰਦਰ ਮੋਦੀ ਮੁਰਦਾਬਾਦ, ਨਰਿੰਦਰ ਮੋਦੀ ਮੁਰਦਾਬਾਦ, ਕਾਲੇ ਕਾਨੂੰਨ ਵਾਪਸ ਲਓ। ਨਰਿੰਦਰ ਮੋਦੀ ਮੁਰਦਾਬਾਦ, ਨਰਿੰਦਰ ਮੋਦੀ ਮੁਰਦਾਬਾਦ, ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ, ਕਾਲੇ ਕਾਨੂੰਨ ਵਾਪਸ ਲਓ। ਪੈਸਾ ਜਾਣੇ ਦੋ, ਕੋਈ ਨਹੀਂ, ਚਲੋ ਚਲੋ ਚਲੋ, ਨਮਸਕਾਰ, ਜਾਵੇ ਨਾ।